ਹਾਰਦਿਕ ਸਤਿ ਸ੍ਰੀ ਅਕਾਲ। ਮਾਤਿਕ ਸਥਿਤੀ ਕਮਜ਼ੋਰ ਹੋਣੇ ਕਾਰਨ ਜੋ ਮਾਤਾ ਦੀ ਬੱਚੀਆਂ ਹੀ ਬੇ ਕੌਣ ਪੜ ਪਾਈ। ਮਾਤਾ ਜੀ ਦਾ ਪਤੀ ਹਾ ਕਾਫੀ ਟਾਈਮ ਪਹਿਲਾਂ ਸਰਗੁਆਸ ਕਰ ਗਿਆ। ਕਮਾਈ ਨਾਲ ਤੈ ਕੋਨ ਬੈਠਾ? ਅੱਛਾ। ਕਮਾਈ ਕੋ ਸਾਧਨ ਕੇ ਕੋਈ ਜ਼ਮੀਨ ਜਾਇਦਾਦ ਹੈ? ਕੋਈ ਨਹੀਂ। ਰਾਮ ਰਾਮ। ਸਗਲੇ ਭਈਆ ਨੇ ਥੇ ਦੇਖ ਰਿਹਾ ਉਹ ਜ਼ਲਕੋ ਬਿਕਾਨੇਰ। ਜ਼ਲਕੋ ਬਿਕਾਨੇਰ ਪਰ ਮੈ ਨਿਰਮਲ ਇਸ ਚੈਨਲ ਪਰ ਥਾਰੋ ਹਾਰਦਿਕ ਸਵਾਗਤ ਹੈ। ਆਪਣੇ ਸਿੱਤ ਨੂੰ ਜੁੜੇੜੀ ਜ਼ਲਕੋ ਬਿਕਾਨੇਰ ਚੈਨਲ ਪਰ ਹਰ ਦਿਨ ਆਪਾਂ ਤੁਹਾਨੂੰ ਮੁਲਾਕਾਤ ਕਰਵਾਉਂਦਾ ਰਹਾਂ ਕਿ ਜੈ ਕਿਸਾਨ ਵਰਗ ਦੀ ਕੋਈ ਪੀੜਾ ਹੈ ਜਾਂ ਕੋਈ ਦਿਵਿਆਂਗ ਜਨ ਦੀ ਕੋਈ ਪੀੜਾ ਹੈ ਹਰ ਦਿਨ ਹਰ ਪ੍ਰਕਾਰ ਗਿਆ ਪਤਨਾ ਰੂਬਰੂ ਕਰਵਾਉਂਦਾ ਰਹਾਂ ਅਸਮੀ ਪ੍ਰਕਾਰ ਦੀ ਇੱਕ ਬੁੱਢੀ ਮਾਤਾ ਜੀ ਦੀ ਕਹਾਣੀ ਔਰ ਫੀਡਾ ਮੈਂ ਤੁਹਾਰ ਸਮੇਂ ਪੇਸ਼ ਕਰੂੰਗਾ ਖਾਜੂਆਲਾ ਖੇਤਰ ਗ੍ਰਾਮ ਪੰਚਾਇਤ 20 ਵੀਡੀ ਦੇ ਅੰਦਰ ਆ ਪਾਇਆ ਹਾਂ ਇੱਕ ਵਰਧ ਮਾਤਾ ਜੀ ਸਹਰੋ ਕੀ ਪ੍ਰਕਾਰ ਕੋ ਕੁਝ ਵੀ ਨਹੀਂ ਹੈ ਇੱਕ ਪ੍ਰਾਇਮ ਕਾਨ ਦੇ ਅੰਦਰ ਕਿੰਗ ਸਹਾਰੋ ਦਿਓ ਹੈ ਬੈਠਣ ਵਾਸਤੇ ਇੱਕ ਮਕਾਨ ਦਿਓ ਹੈ ਮਾਤਾ ਜੀ ਨੇ ਵੀ ਮਕਾਨ ਦੇ ਅੰਦਰ ਮਾਤਾ ਜੀ ਬੈਠਿਆ ਹੈ ਔਰ ਜੋ ਸਹਾਰੋ ਹੈ ਉੱਪਰ ਵਾਲੋ ਸਾਈਂ ਹੈ ਤਾਂ ਨਾ ਕੋਈ ਬੈਟੋ ਹੈ ਔਰ ਜੋ ਮਾਤਾ ਜੀ ਦਾ ਪਤੀ ਹ ਕਾਫੀ ਟਾਈਮ ਪਹਿਲਾਂ ਸਰਗਵਾਸ ਕਰ ਗਿਆ ਤਾਂ ਆਪਾਂ ਮਾਤਾ ਜੀ ਨੂੰ ਬਾਤ ਕਰਾਂਗਾ ਕਿ ਕੇ ਕੇ ਪੀੜਾ ਹੈ ਬੋਗਨ ਲੱਗ ਰਿਹਾ ਹੈ ਵੇ ਰਾਮ ਰਾਮ ਮਾਤਾ ਜੀ ਰਾਮ ਰਾਮ ਕੇ ਨਾਮ ਹੈ ਮਾਤਾ ਜੀ ਥਰੋ ਮੇਰੇ ਨਾਮ ਹੈ ਗੁਰਦੀਪ ਕੌਰ ਗੁਰਦੀਪ ਕੌਰ ਤਾਂ ਮਾਤਾ ਜੀ ਕਿੰਨੀ ਉਮਰ ਹੋ ਗਈ ਥਾਰੀ ਹੈਗੀ ਮੇਰੀ 50 60 ਦੀ ਔਰ ਕੁਣ ਕੁਣ ਹੈ ਮਾਤਾ ਜੀ ਪਰਿਵਾਰ ਦੇ ਅੰਦਰ ਚਾਰ ਸਹੁਰੀਆਂ ਚਾਰੀਆਂ ਹੈ ਅੱਛਾ ਤੋਂ ਦੋ ਸਹੁਰੀਆਂ ਪਰਨਾ ਦੀ ਹੈ ਦੋ ਬੱਚੀਆਂ ਹੋਰ ਹੈ ਦੋ ਸਹੁਰੀਆਂ ਹਾਂ ਬੇ ਪੜ੍ਹੇਗੇ ਹਾਂ ਜਾਂਦੀ ਹੈ ਮੈਂ ਕੋਈ ਖੇਤ ਦਾ ਕਰੇ ਅੱਛਾ ਸਾਗੇ ਖੇਤ ਕੋ ਕਰੇ ਔਰ ਸਾਗੇ ਪੜ੍ਹੇ ਪ੍ਰਾਈਵੇਟ ਸਕੂਲ ਮੇ ਪੜ੍ਹੇ ਮਾਤਾ ਸਰਕਾਰੀ ਮੇ ਸਰਕਾਰੀ ਮੇ ਪੜ੍ਹ ਲਈ ਹੈ ਨੋ ਨੋ ਪੜ੍ਹ ਲਈ ਅੱਗੇ ਛੋੜ ਦਿਓ ਜਾਂ ਔਰ ਅੱਗੇ ਪੜ੍ਹੇ ਅੱਗੇ ਅੱਗੇ ਛੋੜ ਦੇ ਨੋ ਪੜ੍ਹ ਲਈ ਛੋੜ ਦਿਓ ਛੋੜਿਓ ਕਿ ਮਾਤਾ ਸਕੂਲ ਹੈ ਜਦਾਂ ਨਹੀਂ تھے ਤੇ ਦਕਰੰਗ ਡਿਆੜੀ ਟੱਪਾ ਡਿਆੜੀ ਦੇ ਪਕਰੋ ਕਮਾਣ ਲੜਦਾ ਕੋਨ ਬੇਟਾ ਅੱਛਾ ਮਾਤਾ ਜੀ ਜੋ ਪਰਿਵਾਰ ਦਾ ਮੁੱਖ ਸਦਸ્ય ਹਾ ਅੰਕਲ ਜੀ ਬੇ ਬੰਗੋ ਸਰਗਵਾ ਸੋ ਯਾਨ ਕਿ ਤੱਕ ਟਾਈਮ ਹੋ ਗਿਆ ਹਨ 15 16 ਸਾਲ ਹੋ ਗਏ 15 16 ਸਾਲ ਹੋ ਗਿਆ ਤੇ ਕੇ ਕਰਨ ਹੋ ਮਾਤਾ ਜੀ ਬੰਗੋ ਦੇ ਆ ਤੇ ਕੇ ਵਜੋਂ ਆਇਓ ਹਾਂ ਤੇ ਵੀ ਦੀ ਬਿਮਾਰੀ ਆਈ ਤੇ ਮਾਤਾ ਥਰ ਕੇ ਨੇ ਕੋਈ ਕਮਾਈ ਕੋ ਸਾਧਨ ਕੇ ਕੋਈ ਜ਼ਮੀਨ ਜ਼ਾਇਦਤ ਹੈ ਕੋਈ ਨਹੀਂ ਜ਼ਮੀਨ ਕੋ ਨਹੀਂ ਤੇ ਪਰਿਵਾਰ ਕੀ ਸਲਾਹ ਉਹ ਤੇ ਕੇ ਕੰਮ ਕਰੋ ਆਦੀ ਮਜ਼ਦੂਰੀ ਸਿਲਾਵਾ ਫਿਰ ਸਨ ਆ ਜਾਵੇ ਹਾਂ ਹਾਂ ਮਿਸਟੋਲ ਚੱਲ ਜਾ ਕਹਿ ਸਕਦੇ ਮਿਸਟੋਲ ਪਰ ਚੱਲੇਗੇ ਥਰਨਾ ਮਿਸਟੋਲ ਪਰ ਜਾਓਗੇ ਤੇ ਅੱਗੇ ਤੱਕ ਚੱਲਦੇ ਆ ਤਾਂ ਬਦ 2 ਮਹੀਨੇ ਹੋ ਗਿਆ ਕੋਈ ਨਹੀਂ ਚੱਲਦੇ ਜਿੱਕ ਘਰ ਮੇ ਬੈਠੇ ਹਾਂ ਮਤਾ ਉਹ ਥਾਰੋ ਆਪ ਕੋ ਬਣਾਇਡ ਹੋਇਆ ਕਿਹਾਂ ਕੀ ਪ੍ਰਕਾਰ ਰਹਾ ਇਹ ਮੇਰੇ ਭਾਈ ਨੇ ਦਿੱਤਾ ਹੈ ਤੋ ਮਤਾ ਗ੍ਰਾਮੀਣਾਂ ਕੋ ਵੀ ਸਹਿਯੋਗ ਰਹਿ ਕੇ ਗਾਂ ਵਾਲਾਂ ਨੂੰ ਥਾਰੇ ਦੇ ਗਾਂ ਮੇਰਾ ਸਰਵਾ ਬੈਠਾ ਹਾਂ ਗਾਂ ਮੇ ਹੋਰ ਕੀ ਹੈ ਅੱਛਾ ਤੋ ਮਤਾ ਕੋਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੋਈ ਮਕਾਨ ਵਗੈਰਾ ਕੋਨ ਮਿਲਿਆ ਕੇ ਥਾਨਾ ਸਰਕਾਰ ਨੂੰ ਸਰਕਾਰ ਮੈਂ ਮਕਾਨ ਦੇ ਨਾਮ ਤਾਂੜਾ ਪਤਨ ਕਦ ਬਨਾਸਾ ਕਿਤੋਂ ਟੇਮ ਹੋਗੀ ਮਕ ਨਾਮ ਆਇਨ ਸਰਪੰਚ ਸਾਹਿਬ ਕੋਈ ਆਵੇਗੇ ਸੰਭਾਲੇ ਕਿ ਥਨੇ ਸਰਪੰਚ ਕੋਈ ਸ਼ੋਕ ਰਹਿ ਸਰਪੰਚ ਤਾਂ ਦੇ ਕੋਈ ਕੋਈ ਨਹੀਂ ਆਵੇ ਬੋਟੇਗੇ ਥਾਰੋ ਮਤਬ ਬੋਟ ਬਣੇਡੋ ਹਾਂ ਬੋਟ ਦੇ ਗਾਇਆ ਕਿਤੇ ਤਾਂ ਫਿਰ ਸੰਭਾਲੇ ਗਿਆ ਕੋ ਨਹੀਂ ਥੇ ਕੋਈ ਬਾਤ ਕੋਨ ਕਰੀ ਗਾਤ ਵਾ ਗਾਮ ਮੈਂ ਸੁਨਾਈ ਹੋਗਾ ਤਾਂ ਕਰ ਲਾ ਨਾ ਆਵੇ ਤਾਂ ਕੋ ਨਹੀਂ ਮਕਾਨ ਤਾਂ ਬਣਾਣਗੇ ਸਰਪੰਚ ਕੇ ਮਾਤਾ ਜੀ ਕੀ ਜੋ ਥੇ देखी कि पंद्रह साल पहला अंकल हा वगो जो दहंत तो हो चुके हैं में जो परिवार ने वाला माता खुद ही है दो लड़कियाँ माता प्रणादी है और दो लड़कियां और है माता कने तो बांगी फाई है जो जो माता पता लग रहा कि हाल फिलहाल रुक चुकी है बींगो कारण एक ही कारण रहे हो कि आर्थिक स्थिति वो बहुत ज्यादा कमजोर आर्थिक स्थिति कमजोर होने के कारण जो माता की बचियाँ ही बे कौन पढ़ पाई हो सके है कि अगर ग्रामीण आगो और थारे जी से बामसांग सरकारी नौकरी का सपना बे सपना आर्थिक स्थिति कमजोर होने के कारण हो गया तो मैं एक निवेदन करना चाहूँ थाराऊ ज्यादा ज्यादा बढ़ चढ़ गए माता को स्योग करो क्योंकि जो बहना है माता की जो लड़कियां हैं मांग जो सपना है बे पूरा हो अगर एक एक रुपया को थारे से हो गया कारण अगर भी आपका सपना ਪੂਰਾ ਕਰੇਗਾ ਤਾਂ ਉਹ ਥਾਰੋ ਇੱਕ ਰੁਪਈਆ ਹੀ ਇੱਕ ਲੱਖ ਦੇ ਬਰਾਬਰ ਹੋਵੇਗਾ ਮਾਤਾ ਜੀ ਗਏ ਬੇਟੋ ਕੋ ਨਹੀਂ ਤੋਥੇ ਬੇਟਾ ਬਣਨੇ ਕੋ ਥੋੜੋ ਹੱਕ ਉਟਾ ਲਿਓ ਉਹ ਜੋ ਇਹ ਜ਼ਿੰਦਗੀ ਮੈਂ ਜੀਵਨ ਮੈਂ ਤੇ ਆਇਆ ਹੋ ਤੋ ਥੋੜੋ ਸੋ ਸੋ ਹੁਕ ਦੇਗੇ ਮਾਤਾ ਜੀ ਦੇ ਜੀਵਨ ਮੈਂ ਥੋੜੀ ਖੁਸ਼ੀਆਂ ਦੇਵ ਕਿਆਂ ਨੂੰ ਲੱਗਿਓ ਥਾਨਾ ਅਸ ਕੋ ਵੀਡੀਓ ਜੋ ਆਪਕੀ ਰਾਏ ਹੈ ਕਮੈਂਟ ਕੇ ਮਾਦੇ ਮੂ ਜ਼ਰੂਰ ਦਿਓ ਧੰਨਵਾਦ